ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਪਿੰਡ ਫਰਾਲੇ ਵਿੱਚ ਆਇਆ ਜਿਹੜੇ ਕੋਪੀ ਅਤੇ ਕਮਲ ਭਰਾ ਦੇ ਅੱਜ ਵੀਡੀਓ ਬਣਾਉਣਾ ਹੈ ਕਬੂਤਰਾਂ ਦੇ ਜਾਨਵਰਾਂ ਦੀ। ਹਾਂਜੀ ਅੱਜ ਤੁਹਾਨੂੰ ਦਿਖਾਉਂਦੇ ਹਾਂ ਨਾਲੇ ਗੱਲਬਾਤ ਕਰਾਉਂਦੇ ਹਾਂ। ਸ਼ੌਂਕ ਆ ਪਰ ਉੱਦਾਂ ਕਮਲ ਨੂੰ ਅਤੇ ਪਰ ਇਹ ਨਹੀਂ ਹੈਗਾ ਵੱਡੇ ਬਾਜੀ ਸ਼ੌਂਕ ਕਬੂਤਰਬਾਜੀ ਦਾ। ਇਹ ਮੇਰੇ ਭਰਾਵਾਂ ਦੇ ਜਾਨਵਰ ਰੱਖੇ ਹੋਏ ਆ, ਮਤਲਬ ਬਹੁਤ ਸੋਹਣੇ ਮੇਰੇ ਭਰਾ ਨੇ ਕਬੂਤਰ ਰੱਖੇ ਆ। ਫਰਾਲਾ ਪਿੰਡ ਆ ਮੇਰੇ ਭਰਾ ਦਾ, ਸ਼ੌਂਕ ਬਹੁਤ ਚੱਲਦਾ ਆ। ਹਾਂਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਮਤਲਬ ਬਾਜੀ ਇਹ ਕਮਲ ਭਰਾ ਆਪਾਂ ਨੂੰ ਕਿੰਨਾ ਕੁ ਟਾਈਮ ਹੋਇਆ ਕਬੂਤਰ ਰੱਖਦੇ ਨੂੰ ਉੱਦਾਂ? ਆਪਾਂ ਭਾਜੀ 2012 'ਚ ਰੱਖੇ ਸੀਗੇ ਕਬੂਤਰ, ਆਪਣੇ ਵੱਡੇ ਭਰਾ ਨੂੰ ਸ਼ੌਂਕ ਸੀਗਾ ਗੁੱਬੀ ਨੂੰ ਅਤੇ ਉਹਨੇ 2012 'ਚ ਲਿਆਂਦੇ ਸੀ ਘਰੇ। ਸ਼ੌਂਕ ਤਾਂ ਉਹਨੂੰ ਪਹਿਲਾਂ ਵੀ ਸੀ, ਉਹਨੇ ਜਾ ਕੇ 2012 'ਚ ਘਰੇ ਖੁੱਡਾ ਪਾ ਲਿਆ ਸੀ ਅਤੇ ਇੱਥੇ ਰੱਖ ਲਿਆ ਸੀਗਾ ਜਾਨਵਰ। ਅਤੇ ਹੁਣ ਆਪਾਂ ਬਾਜੀਆਂ ਬੂਜੀਆਂ ਛੱਡਦੇ ਹਾਂ। ਭਾਈ ਤੁਹਾਨੂੰ ਮਤਲਬ ਕਿੰਨਾ ਕੁ ਟਾਈਮ ਹੋਇਆ ਸ਼ੌਂਕ ਹੋਣ? ਤੁਹਾਡੇ ਭਰਾ ਨੂੰ ਤਾਂ 2012 'ਚ, ਤੁਹਾਨੂੰ ਕਦੋਂ ਸ਼ੌਂਕ ਆਇਆ ਮਤਲਬ? ਜਦੋਂ ਆਪਣੇ ਕੋਲ ਘਰੇ ਭਾਜੀ ਕਬੂਤਰ ਰੱਖੇ ਹੀ ਲਿਆ ਤਾਂ ਫਿਰ ਆਪਾਂ ਨੂੰ ਵੀ ਹੌਲੀ ਹੌਲੀ ਉੱਧਰ ਨੂੰ ਹੋ ਗਿਆ ਅਤੇ ਆਪਾਂ ਨੂੰ ਵੀ ਸ਼ੌਂਕ ਹੋ ਗਿਆ। ਹਾਂਜੀ ਅਤੇ ਹੁਣ ਆਪਾਂ ਛੱਡਾਂਗੇ ਭਾਜੀ। ਭਾਈ ਹੁਣ ਮਤਲਬ ਹੁਣ ਉਹ ਬਾਹਰ ਗਿਆ, ਤੁਸੀਂ ਸੰਭਾਲਦੇ ਸਾਰੀਆਂ? ਹਾਂਜੀ ਹਾਂਜੀ ਹਾਂਜੀ। ਪਿਛਲੇ ਸਾਲ ਤੁਹਾਡੀਆਂ ਬਾਜੀਆਂ ਮਤਲਬ ਕਿ ਛੱਡੀਆਂ ਤੁਸੀਂ ਬਾਜੀਆਂ ਮਤਲਬ? ਹਾਂਜੀ ਹਾਂਜੀ ਪਿਛਲੇ ਸਾਲ ਛੱਡੀਆਂ ਸੀਗੀਆਂ 2022 ਦੇ ਵਿੱਚ। ਕਿਹੜੇ ਪਿੰਡ ਰੱਖੀਆਂ ਤੁਸੀਂ? ਪਿੰਡ ਆਪਾਂ ਇੱਕ ਨਰਾਲੋਂ ਛੱਡੀ ਸੀ ਭਾਜੀ। ਭਾਜੀ ਅੱਛਾ ਕਿੰਨਵਾਂ ਨੰਬਰ ਰਿਹਾ? 85 ਕਬੂਤਰ ਉੱਡੇ ਸੀਗੇ। ਹਾਂਜੀ ਅਤੇ ਆਪਣਾ ਭਾਜੀ ਦੂਜੇ 'ਤੇ ਬਹਿ ਗਿਆ ਸੀ ਕਬੂਤਰ, ਦੂਜਾ ਨਾਮ ਆਇਆ ਸੀ ਆਪਾਂ ਨੂੰ। ਅੱਛਾ ਜੀ ਅਤੇ 50 ਸਾਂਝੀ ਹੋ ਗਈ ਸੀ। ਠੀਕ ਹੈ ਠੀਕ ਹੈ ਠੀਕ ਹੈ। ਹੁਣ ਭਾਜੀ ਗਾਹਾਂ ਮਤਲਬ ਤਿਆਰੀ ਹੈ ਪੂਰੀ ਫੁੱਲ? ਹਾਂਜੀ ਹਾਂਜੀ ਤਿਆਰੀ ਆ, ਤਿਆਰੀ ਆ। ਠੀਕ ਹੈ ਠੀਕ ਹੈ। ਮਤਲਬ ਹੁਣ ਆਪਾਂ ਬੱਚੇ ਕਹਿੰਦਾ ਘੜਾ ਘੜੂ ਲੈ ਪੂਰੇ 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 ਭਾਜੀ? ਆਪਾਂ ਜਿੰਨੇ ਆ ਕਿ ਸ਼ੌਂਕ ਰੱਖਦੇ ਆਪਾਂ ਉਨੇ ਕੁ ਘੜਾਏ ਆ, ਵਾਧੂ ਆਪਾਂ ਕੋਈ ਰੱਖਿਆ ਨਹੀਂ। ਜਿੰਨੇ ਕੁ ਆਪਣੇ ਕੋਲ ਛੱਡ ਹੋਣਗੇ ਆਪਾਂ ਉਨੇ ਕੁ ਘੜਾਏ ਭਾਜੀ। ਭਾਜੀ ਹੁਣ ਕਈ ਕਹਿੰਦੇ ਕਬੂਤਰ ਮਤਲਬ ਮਾੜੇ ਆ ਮਤਲਬ? ਨਹੀਂ ਭਾਜੀ ਕਬੂਤਰ ਬਾਜ ਨਹੀਂ ਮਾੜੇ ਹੈਗੇ। ਹਾਂਜੀ ਮਾੜੇ ਤਾਂ ਬੰਦੇ ਉਹ ਹੀ ਆ ਜੇ। ਹੁਣ ਦਿਖਾਓ ਭਾਜੀ ਆਪਾਂ ਨੂੰ ਮਤਲਬ ਕਿਹੜਾ ਕਿਹੜਾ ਜਿੱਤੇ ਮਤਲਬ ਆਪਾਂ ਨੂੰ ਉਹ ਦਿਖਾਓ ਭਾਜੀ ਆਪਾਂ ਨੂੰ। ਆਪਣਾ ਭਾਜੀ ਆ ਬੱਚਾ ਸੀਗਾ। ਅੱਛਾ ਜੀ ਪਹਿਲਾਂ ਬੱਚਾ ਹੁੰਦਾ ਸੀਗਾ। ਹਾਂਜੀ ਇਹਨੂੰ ਛੱਡਿਆ ਸੀ ਨਡਾਲ। ਅੱਛਾ ਜੀ ਇਹ ਸੀਗਾ ਦੂਜੇ ਦੇ ਭਾਜੀ। ਅੱਛਾ ਜੀ ਅੱਛਾ ਇਹ ਹੁਣ ਮੇਰੇ ਸਾਹਮਣੇ ਸਰ ਕੀਤਾ ਨਾ। ਹਾਂਜੀ ਹੁਣ ਆਪਾਂ ਦੁਬਾਰਾ ਖਿੱਚੇ ਵਾ, ਦੁਬਾਰਾ ਛੱਡਾਂਗੇ ਭਾਜੀ। ਅੱਛਾ ਦਿਖਾਓ ਭਾਜੀ ਮੜਾ ਅੱਖ ਦਿਖਾਈ ਅੱਖ ਜ਼ੋਰ ਜਿਹਾ ਮਾਰਦਾ ਬੱਚਾ। ਉਹ ਪੱਟੇ ਹੋਏ ਨਾ ਹੱਥ 'ਚ ਨਹੀਂ ਹੋਏ। ਹਾਂਜੀ ਹਾਂਜੀ ਇਹ ਮਤਲਬ ਦੂਜੇ ਦੇ ਆਇਆ ਸੀ ਉੱਤੇ। ਹਾਂਜੀ ਠੀਕ ਹੈ ਠੀਕ। ਇਹਦੇ ਮਾਂ ਪੇ ਮਤਲਬ? ਮਾਂ ਪੇ ਵੀ ਇਹ ਭਾਜੀ ਹੈਗੇ ਆਪਣੇ ਕੋਲ। ਠੀਕ ਹੈ ਠੀਕ। ਇਹ ਭਾਜੀ ਆਪਾਂ ਨੂੰ ਹੁਣ ਹੋਰ ਦਿਖਾਓ ਕਿਹੜਾ ਮੇੜੀ ਜਿੱਤਿਆ ਸੀ ਮਤਲਬ ਆਪਾਂ ਕਿਹੜਾ ਕਹਿੰਦੇ ਸੀ ਵੀ ਰੱਤਾ ਬੱਚਾ ਹੀ ਜਿੱਤੇ ਤੁਸੀਂ ਕਹਿੰਦੇ ਮੇੜੀ ਲਿਓ ਭਾਜੀ ਬਾਹਰ ਨੂੰ ਲਿਓ। ਵੇਹਣੀ ਭਾਜੀ ਆ ਛੱਡਿਆ ਸੀ ਆਪਾਂ। ਅੱਛਾ ਕਿੰਨੇ ਕਬੂਤਰ ਉੜੇ ਸੀ ਉੱਥੇ? ਉੱਥੇ ਭਾਜੀ ਉੜੇ ਸੀ 22 ਕਬੂਤਰ। ਅੱਛਾ ਜੀ ਅਤੇ ਆਪਣਾ ਤੀਜਾ ਨਾਮ ਆਇਆ ਸੀ ਭਾਜੀ ਇਹ ਬੱਚੇ ਦਾ। ਹਾਂਜੀ ਠੀਕ ਆ। ਇਹ ਰੱਤਾ ਬੱਚਾ ਨਾ? ਹਾਂਜੀ ਰੱਤਾ ਬੱਚਾ ਚਿੱਟੀ ਅੱਖ ਆ। ਹਾਂਜੀ ਠੀਕ ਹੈ ਜੀ। ਅਤੇ ਭਾਜੀ ਹੋਰ ਕੋਈ ਆਪਣੇ ਕੋਈ ਬਾਜੀ ਕਬੂਤਰ ਹੋਣ ਕਾ? ਬਾਜੀ ਭਾਈ ਛੱਡੇ ਉਹਦਾ ਹੈਗੇ ਆ ਜਿੱਤੇ ਵਾਲੇ, ਤੁਹਾਨੂੰ ਦੱਸਿਆ ਆਪਾਂ ਜਿੱਤ ਨੂੰ ਤਾਂ ਛੱਡਦੇ ਨਹੀਂ ਜਾਣਗੇ, ਇਹ ਆਪਾਂ ਤੁਹਾਨੂੰ ਦੱਸਦੇ ਆ ਜਿਹੜੇ ਜਿੱਤੇ ਹੋਏ। ਅੱਛਾ ਜੀ ਕਬੂਤਰ ਹਾਰੇ ਵੀ ਹੈਗੇ ਵਿੱਚ। ਅੱਛਾ ਜੀ ਭਾਈ ਇੱਧਰ ਦਿਖਾਓ ਹੁਣ ਕਿਹੜੇ ਕਿਹੜੇ ਮਤਲਬ ਇੱਧਰ ਰੱਖੇ ਆਪਾਂ? ਇੱਧਰ ਆਪਣੇ ਜਿਹੜੇ ਸਾਰੇ ਵੱਡੇ ਕਬੂਤਰ ਆ। ਅੱਛਾ ਵੱਡੇ ਰੱਖੇ ਸਾਰੇ। ਹਾਂ ਠੀਕ ਆ। ਬਾਹਰ ਨੂੰ ਤਾਂ ਨਹੀਂ ਆਉਣਗੇ? ਬਾਹਰ ਨੂੰ ਨਹੀਂ ਆਉਣਗੇ। ਠੀਕ ਆ ਭਾਈ ਦਿਖਾਓ ਮਤਲਬ ਫੜ ਕੇ ਆਪਾਂ ਨੂੰ। ਭਾਈ ਇਹ ਕਿਹੜਾ ਮਤਲਬ ਆਪਣਾ? ਇਹ ਭਾਈ ਆਪਣਾ ਟੌਂਗਾ ਕਬੂਤਰ ਆ ਜੀ। ਅੱਛਾ ਵੱਡਾ ਡੱਬਾ ਕਬੂਤਰ। ਠੀਕ ਹੈ ਠੀਕ। ਇਹ ਉੜਨ 'ਚ ਮਤਲਬ ਕਿੱਦਾਂ ਉਹਦਾ? ਵਧੀਆ ਉੜਦਾ? ਉੜਨ 'ਚ ਵਧੀਆ ਉੜਦੇ ਭਾਈ ਇਹ, ਆਪਾਂ ਰੁਕੇ ਹੋਏ ਸਾਰੇ, ਇਹਨਾਂ ਦੇ ਬੱਚੇ ਦਾ ਆਈ ਗਏ ਆ। ਠੀਕ ਹੈ ਜੀ। ਹਾਂਜੀ ਠੀਕ। ਹੋਰ ਭਾਈ ਦਿਖਾਓ ਫੜ ਕੇ। ਅੱਛਾ ਇਹ ਵਾਲੀ ਕੀ? ਆ ਵੀ ਭਾਜੀ ਉਹਦਾ ਭਰਾ ਆ। ਭਰਾ ਆ ਉਹਦਾ ਚਿੱਟੀਆਂ ਅੱਖਾਂ ਦਾ। ਅੱਛਾ ਜੀ ਠੀਕ ਹੈ। ਵਧੀਆ ਉੜਦੇ ਵੀ? ਹਾਂਜੀ ਹਾਂਜੀ ਇਹ ਮੌਲੀਆਂ ਅੰਡੇ ਦੇਣ ਵਾਲੀਆਂ ਹੋ ਗਈਆਂ ਭਾਜੀ, ਅੰਡੇ ਦਿੰਦੀਆਂ। ਅੱਛਾ ਠੀਕ ਹੈ ਦਿਖਾਓ ਉਹਦਾ ਭਾਜੀ ਮਤਲਬ ਆਹ ਕਿਹੜੀਆਂ ਰੱਖੀਆਂ? ਇਹ ਮੁਰਗੀਆਂ ਭਾਜੀ ਆਪਾਂ ਕਢਾਈਆਂ ਸੀ ਕਬੂਤਰਾਂ ਥੱਲੇ ਰੱਖ ਕੇ ਅੰਡੇ। ਅੱਛਾ ਇਹ ਦੇਸੀ ਹੈ? ਹਾਂਜੀ ਦੇਸੀ। ਠੀਕ ਆ। ਆਹ ਕਿਹੜੀ ਕਾਲੀ ਕਾਲੀ ਹੈ ਜੀ? ਇਹ ਕਾਲਾ ਭਾਜੀ ਕੜਕਨਾਥ ਦਾ ਬੱਚੇ ਦਾ ਅੰਡਾ ਸੀਗਾ। ਅੱਛਾ ਕੜਕਨਾਥ ਹੈ? ਹਾਂਜੀ ਇਹ ਕੜਕਨਾਥ ਦਾ ਬੱਚਾ। ਠੀਕ ਹੈ। ਮਤਲਬ ਪਹਿਲੀ ਵਾਰੀ ਵੀਡੀਓ ਬਣਾਉਣ ਲੱਗਾ ਮੈਂ, ਬਣਾਉਂਦਾ ਸੀ ਬੋਲਦਾਂ ਦੀਆਂ। ਅੱਛਾ ਅੱਛਾ ਜੀ ਠੀਕ ਹੈ। ਅਤੇ ਫਿਰ ਮੇਰੇ ਕਮਲ ਭਰਾ ਗੋਪੀ ਭਰਾ ਦਾ ਫੋਨ ਆਇਆ ਮੈਨੂੰ, ਕਹਿੰਦਾ ਵੀ ਮਤਲਬ ਆਪਣੀ ਜਾ ਕੇ ਵੀਡੀਓ ਬਣਾ ਕੇ ਲੈ ਗਿਆ। ਮੈਂ ਕਿਹਾ ਹੁਣ ਆਪਾਂ ਆਪਣੇ ਬੰਦੇ ਨੇ ਬਣਾਉਣੀ ਕਿੱਥੇ ਕਿਹਦੀ ਵੀਡੀਓ। ਹਾਂਜੀ ਠੀਕ ਨਹੀਂ ਵੀ। ਹਾਂਜੀ ਤੁਸੀਂ ਭਾਈ ਬੋਲਦ ਵੀ ਰੱਖਿਆ ਹੁੰਦਾ ਸੀ ਅੱਗੇ? ਉਹ ਬੋਲਦ ਭਾਜੀ ਅੱਜ ਤੋਂ ਬਿਮਾਰੀ ਜੀ ਆਈ ਸੀਗੀ ਬੋਲਦ ਆਣ ਲਈ ਭਾਜੀ, ਉਹ ਤਾਂ ਮਰ ਗਿਆ ਬੋਲ। ਅੱਛਾ ਜੀ। ਹਾਂਜੀ ਤੇ ਮੁੜ ਕੇ ਲਿਆਂਦਾ ਆਪਾਂ।
ਭਾਜੀ ਇਹ ਆਪਣਾ ਫਰਾਲਾ ਪਿੰਡ ਕਿੱਧਰਲੇ ਪਾਸੇ ਪੈਂਦਾ ਆਪਾਂ ਨੂੰ ਮਤਲਬ ਆਪਣਾ ਭਾਜੀ ਫਰਾਲਾ ਪਿੰਡ ਪੈਂਦਾ ਬਰਾਮਪੁਰ ਅੱਛਾ ਆਪਾਂ ਨੂੰ ਬਰਾਮ ਪਿੰਡ ਲੱਗੇ ਭਾਜੀ ਠੀਕ ਹੈ ਸਾਨੂੰ ਵੀ ਆਪਣੇ ਲੱਗੇ ਪੈਂਦਾ ਅੱਛਾ ਜੀ ਕਿਤੇ ਵਿਧੌੜਾ ਹੋਈਆਂ ਸੀ ਹੁਣ ਹਾਂਜੀ ਦੋਰੀਆਂ ਹਾਂਜੀ ਠੀਕ ਹੈ ਇੱਧਰ ਮਾਨਕਾ ਪਿੰਡ ਹੈ ਕੁਲਵੀਰ ਭਾਜੀ ਉਹਨਾਂ ਦਾ ਹਾਂਜੀ ਹਾਂਜੀ ਇੱਧਰ ਭਰੋਲੀ ਮਾਨਕਾ ਘੁੰਮਣਾ ਅੱਛਾ ਮਤਲਬ ਦੁਆਬਾ ਏਰੀਆ ਸਾਰਾ ਇਹਦਾ ਹਾਂਜੀ ਠੀਕ ਹੈ ਭਾਜੀ ਮੈਂ ਵੀ ਦੁਆਬੇ ਏਰੀਆ ਦਾ ਮਤਲਬ ਵੀਡੀਓ 'ਚ ਨਹੀਂ ਪਤਾ ਹੁੰਦਾ ਕਈਆਂ ਨੂੰ ਹਾਂ ਇੱਧਰ ਭਾਈ ਕੀ ਰੱਖਿਓ ਮਤਲਬ ਇਹ ਆਪਾਂ ਉਦਾਂ ਹੀ ਸ਼ੌਂਕ ਨੂੰ ਜਿਹੜੇ ਆਪਾਂ ਥੱਲੇ ਛੱਡੀ ਦੇ ਆ ਅੱਛਾ ਜੀ ਇਹ ਵੀ ਦਿਖਾ ਅੱਛਾ ਇਹ ਵੀ ਚੰਗੇ ਰੱਖੇ ਆ ਇੱਥੇ ਹਾਂਜੀ ਇਹ ਸਾਰੇ ਕੱਟੇ ਹੋ ਪਏ ਹਨਾ ਵੀਰੇ ਹਾਂਜੀ ਹਾਂਜੀ ਭਾਜੀ ਬੈਰੀ ਦਾ ਟਾਈਮ ਆ ਤੇ ਬੈਰੀ ਪੈ ਗਏ ਹੁਣ ਆਪਾਂ ਖਿੱਚੇ ਹੋਆ ਕਹਿੰਦਾ ਸਾਰ ਕੀਤੇ ਉਹ ਹਾਂਜੀ ਤੇ ਹੁਣ ਸਾਰ ਪਾਏ ਉਹ ਠੀਕ ਹੈ ਪਹਿਲਾਂ ਬੈਰੀ ਬਹੁਤ ਪੈ ਗਿਆ ਅੱਛਾ ਤਿਆਰੀ ਪੂਰੀ ਕੀਤੀ ਹੋ ਮਤਲਬ ਐਤ ਕੀ ਉਹ ਜੀ ਉਹ ਠੀਕ ਹੈ ਭਾਜੀ ਆਪਣੇ ਪਿੰਡ ਬਾਜੀਆਂ ਵੀ ਹੁੰਦੀਆਂ ਮਤਲਬ ਬਾਜੀ ਵੀ ਕਰਾਈ ਦੀ ਬਾਜੀ ਆਪਾਂ ਅੱਛਾ ਠੀਕ ਹੈ ਠੀਕ ਹੈ ਭਰਾਵਾਂ ਦੇ ਸੰਯੋਗ ਨਾਲ ਕਰਾਵਾਂਗੇ ਫੇਰ ਬਾਜੀ ਅੱਛਾ ਠੀਕ कई सारे ਵੀਰਾਂ ने वीडियो देखी ਸਾਰਿਆਂ ਦਾ ਧੰਨਵਾਦ और आप गांह तो गांह होर वीडियो बना के लेके आऊँगे ਕਿਦਾਂ ਬੋਲਦਾਂ ਦੀ ਹੋ ਗਈਆਂ ਕੂਤਰਾਂ ਦੀ ਘੋੜਿਆਂ ਦੀਆਂ ਸਾਰੀਆਂ ਤੁਹਾਨੂੰ ਪਾਇਆ ਕਰੂੰਗੇ ਹਾਂਜੀ ਹਾਂਜੀ ਸਾਰੇ ਦੇਖਣ ਦਾ ਵੀਰਾਂ ਦਾ ਧੰਨਵਾਦ।